तू अब कथा सिंघन पर आई। हुण सिंघा दी कथा सुनाने आ तुहानु, खालसा जिवें वधिया है। सुनो प्यारे गुरमुख भाई। ए गुरमुखो, असीं तुहानु ए दसना चाहुंदे आ वी पंथ किवें वधिया, पंथ की है, पंथ बणिया किवें आ, पंथ दा वाधा की होया है, सुनो भाई। दोहरा तो सतगुर आग्या दई, मझैलन को समझाए। श्री गुरु गोबिंद सिंह साहिब जी ने खालसा साज के माझे दे सिंघां नूं हुकम दिता, प्रथम वधायो खालसे फिर दईयो दंगो मचाए। माझे दे सिंघ लड़ाके मुढ तों ही रहे हन, सूरबीर रहे हन, क्योंकि माझा जिहड़ा है ना ਉਹ ਪਹਿਲੇ ਸਮਿਆਂ ਤੋਂ ਹੀ ਰਾਜੇ ਪੌਰਸ ਦੇ ਸਮੇਂ ਤੋਂ ਹੀ ਜੰਗ ਦਾ ਮੈਦਾਨ ਰਿਹਾ। ਔਰ ਮਾਝੇ ਦੇ ਵਿੱਚ ਤੁਸੀਂ ਦੇਖ ਲਓ ਅਜੇ ਤੱਕ ਵੀ ਕਦੀ ਵੀ 10-20 ਸਾਲ ਲੰਘਦੇ ਕੋਈ ਨਾ ਕੋਈ ਕਲੇਸ਼ ਪੈ ਜਾਂਦਾ, ਉਹ ਦੇਸ਼ ਦਾ ਤਰੱਕੀ ਵਾਲਾ ਹਾਲਾਤ ਨਹੀਂ ਬਣਦਾ। ਸੰਨ 47 ਦਾ ਵੀ ਉਹਦੇ 'ਤੇ ਅਸਰ ਹੋਇਆ, ਉਸ ਤੋਂ ਬਾਅਦ ਵੀ ਹੁੰਦਾ ਰਿਹਾ, 84 ਦਾ ਵੀ ਉੱਥੇ ਜ਼ਿਆਦਾ ਅਸਰ ਪਿਆ। ਬਾਕੀ ਮਾਲਵੇ ਦੇ ਸਿੰਘਾਂ ਨੇ ਵੀ ਬੜਾ ਸਹਿਯੋਗ ਦਿੱਤਾ ਜੰਗਾਂ ਯੁੱਧਾਂ ਦੇ ਸਮੇਂ। ਇੱਥੇ ਗੱਲ ਇਹ ਆਈ ਹੈ ਵੀ ਮਾਝੇ ਦੇ ਸਿੰਘਾਂ ਨੂੰ ਮਹਾਰਾਜ ਕਹਿੰਦੇ ਵੀ ਤੁਸੀਂ ਪਹਿਲਾਂ ਦਾ ਪੰਥ ਵਧਾਓ, ਫੌਜ ਬਣਾਓ, ਤੇ ਫਿਰ ਦੰਗਾ ਮਚਾਵਾਂਗੇ, ਯੁੱਧ ਫਿਰ ਹੋਵੇਗਾ। ਜਾਓ ਭਾਈ ਪ੍ਰਥਮ ਭੁਚੰਗੀ ਵੱਲ ਮਾਝੇ ਕਲਾਏ। ਜੋ ਪਹਿਲਾਂ ਮਹਾਰਾਜ ਨੇ ਭਾਈ ਮਨੀ ਸਿੰਘ ਸਾਹਿਬ ਜੀ ਵਰਗੇ ਸੂਰਬੀਰ ਯੋਧੇ, ਗਿਆਨੀ ਸਿੰਘ, ਵਿਦਵਾਨ, ਪੰਜ ਪਿਆਰੇ ਸ੍ਰੀ ਅਕਾਲ ਤਖ਼ਤ ਸਾਹਿਬ ਭੇਜੇ। ਦੈ ਦੈ ਪਾਹੁਲ ਗੁਰ ਚੱਕ ਬਹਾਏ। ਉਹ ਅੰਮ੍ਰਿਤ ਛਕਾਉਣ ਲਈ ਸ੍ਰੀ ਅਕਾਲ ਤਖ਼ਤ ਬੈਠ ਗਏ। ਜੋ ਭੁਚੰਗ ਨਿਹੰਗਣ ਕਉ ਪੰਥ ਬਹੁ ਭਇਓ। ਇਸ ਤਰ੍ਹਾਂ ਨਿਹੰਗ ਸਿੰਘਾਂ ਦਾ ਪੰਥ, ਜਿਹੜੇ ਸੂਰਬੀਰ, ਨਿਹੰਗ ਦਾ ਮਤਲਬ ਹੁੰਦਾ ਮਗਰਮੱਛ। ਇਹ ਭਾਈ ਨੰਦ ਲਾਲ ਜੀ ਨੇ ਆਪਣੀ ਬਾਣੀ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਾਰੇ ਨਿਹੰਗ ਸ਼ਬਦ ਵਰਤਿਆ। ਭਾਈ ਨੰਦ ਲਾਲ ਜੀ ਲਿਖਦੇ ਆ, ਬਹਿਰੇ ਤਹਾਲ ਦਮਿੰਦਾ ਨਿਹੰਗ। ਬਹਿਰੇ ਕਹਿੰਦੇ ਸਮੁੰਦਰ ਨੂੰ, ਅਤੇ ਤਹਾਲ ਜੰਗ ਦਾ, ਕਹਿੰਦੇ ਜਿਵੇਂ ਪਾਣੀ ਦੇ ਵਿੱਚ ਸਮੁੰਦਰ 'ਚ ਮਗਰਮੱਛ ਰਹਿੰਦਾ, ਮਗਰਮੱਛ ਨੂੰ ਨਿਹੰਗ ਕਹਿੰਦੇ ਫਾਰਸੀ ਵਿੱਚ। ਜਿਵੇਂ ਪਾਣੀ ਦੇ ਵਿੱਚ ਮਗਰਮੱਛ ਰਹਿੰਦਾ, ਉਹ ਸਭ ਤੋਂ ਤਾਕਤਵਰ ਹੁੰਦਾ। ਪਾਣੀ ਸਭ ਤੋਂ ਤਾਕਤ ਕਿਹਦੇ 'ਚ ਹੁੰਦੀ ਹੈ? ਪਾਣੀ ਦੇ ਜੀਵ ਤਾਂ ਬੜੇ ਨੇ, ਪਰ ਕਹਿੰਦੇ ਮਗਰਮੱਛ ਦਾ ਬਰਾਬਰੀ ਨਹੀਂ ਹੁੰਦੀ। ਅਤੇ ਇਹ ਵੀ ਬਚਨ ਆਉਂਦਾ ਵੀ ਆਪਾਂ ਆਮ ਕਹਾਵਤ ਸੁਣੀ ਹੈ ਵੀ ਪਾਣੀ 'ਚ ਰਹਿਣਾ ਅਤੇ ਮਗਰਮੱਛ ਨਾਲ ਦੁਸ਼ਮਣੀ ਕਰਨੀ, ਇਹ ਦੋਵੇਂ ਗੱਲਾਂ ਨਹੀਂ ਚੱਲਦੀਆਂ, ਕਿਉਂਕਿ ਉਹ ਡਾਢਾ। ਅਤੇ ਭਾਈ ਸਾਹਿਬ ਨੰਦ ਲਾਲ ਜੀ 10ਵੇਂ ਪਾਤਸ਼ਾਹ ਬਾਰੇ ਕਹਿੰਦੇ ਆ ਵਾ ਬਹਿਰੇ ਤਹਾਰ ਦਮਿੰਦਾ ਨਿਹੰਗ, ਕਿ ਹੇ ਗੁਰੂ ਗੋਬਿੰਦ ਸਿੰਘ ਜੀ, ਤੁਸੀਂ ਜੰਗ ਦੇ ਸਮੁੰਦਰ ਦੇ ਮਗਰਮੱਛ ਹੋ। ਜੰਗ ਦਾ ਸਮੁੰਦਰ, ਲੜਾਈ ਹੋਈ ਹੋ, ਗੈਰ ਜਗ੍ਹਾ 'ਚ ਲੜਾਈ ਹੋ ਰਹੀ ਹੋਵੇ, ਅਤੇ ਉਹਦੇ ਵਿੱਚ ਤੁਸੀਂ ਆ ਕੇ ਵੜ ਜਾਓ, ਅਤੇ ਜਿੱਧਰ ਤੁਸੀਂ ਮੂੰਹ ਕਰੋਗੇ ਨਾ ਉੱਧਰ ਸਫਾਈ ਹੋ ਜਾਏ। ਇਹ ਤਾਂ ਤੁਸੀਂ ਜਾਣਦੇ ਹੀ ਹੋ, ਕਲਗੀਧਰ ਇੱਕ ਤੀਰ ਮਾਰਦੇ ਸੀ, ਦਸਾਂ 'ਚੋਂ ਪਾਰ ਲੰਘਾ ਦਿੰਦੇ ਸੀ। ਜਿੱਧਰ ਪਾਤਸ਼ਾਹ ਦੀ ਨਿਗਾਹ ਪੈਂਦੀ ਸੀ, ਦੁਸ਼ਮਣ ਉੱਥੇ ਹੀ ਛਹਿ ਜਾਂਦੇ ਸੀ। ਚਮਕੌਰ ਦੇ ਜੰਗ ਵਿੱਚ ਜਦੋਂ ਨਾਹਰ ਖਾਨ ਨੂੰ ਮਹਾਰਾਜ ਨੇ ਤੀਰ ਮਾਰਿਆ, ਅਤੇ ਗਨੀ ਖਾਨ ਨੇ ਵੇਖਿਆ ਵੀ ਇਹ ਹੁਣ ਮੇਰੇ ਲੱਗੇ, ਉਹਨੂੰ ਮਾਰਿਆ, ਦੋਵੇਂ ਮਾਰਤੇ, ਅਤੇ ਤੀਜਾ ਸੀਗਾ ਖਵਾਜ਼ਾ ਮਹਿਮੂਦ ਅਲੀ। ਉਹ ਕਹਿੰਦੇ ਚਮਕੌਰ ਸਾਹਿਬ ਦੀ ਜਿਹੜੀ ਕੰਧ ਸੀ ਨਾ, ਉਹਦੇ ਲਾਗੇ ਨਾਲੀ ਦੇ ਵਿੱਚ ਸਿਰ ਲੁਕਾ ਕੇ ਛਹਿ ਗਿਆ ਵੀ ਹੁਣ ਮੇਰਾ ਕੰਮ ਕਰ ਦੇਣਗੇ। ਸੋ ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਨਿਹੰਗ ਲਿਖਿਆ ਭਾਈ ਨੰਦ ਲਾਲ ਜੀ ਨੇ ਆਪਣੀ ਬਾਣੀ ਵਿੱਚ। ਅੱਜ ਕੱਲ੍ਹ ਕਈ ਕਹਿੰਦੇ ਆ ਨਿਹੰਗ ਤਾਂ ਐਵੇਂ ਤੁਰੇ ਫਿਰਦੇ ਆ, ਪਰ ਜੇ ਸਾਧ ਸੰਗਤ ਜੀ ਨਿਹੰਗਾਂ ਸਿੰਘਾਂ ਦਾ ਇਤਿਹਾਸ ਵੇਖੋਗੇ, ਫਿਰ ਪਤਾ ਲੱਗੇਗਾ ਵੀ ਨਿਹੰਗ ਸਿੰਘਾਂ ਦਾ ਇਤਿਹਾਸ ਕੀ ਹੈ, ਨਿਹੰਗ ਸਿੰਘ ਦੇ ਅਰਥ ਕੀ ਹਨ। ਸਿੰਘ ਨਾਮ ਸ਼ੇਰ ਦਾ ਹੈ, ਨਿਹੰਗ ਨਾਮ ਮਗਰਮੱਛ ਦਾ ਹੈ। ਜਿਵੇਂ ਪਾਣੀ ਦੇ ਵਿੱਚ ਮਗਰਮੱਛ ਬਲਵਾਨ ਹੈ, ਧਰਤੀ ਦੇ ਸ਼ੇਰ ਬਲਵਾਨ ਹੈ, ਨਿਹੰਗ ਸਿੰਘ ਪਾਣੀ 'ਚ ਵੀ ਬਲਵਾਨ ਹੈ ਅਤੇ ਧਰਤੀ ਦੇ ਵੀ ਬਲਵਾਨ ਹੈ। ਸੋ ਇੱਦਾਂ ਨਿਹੰਗ ਭੁਚੰਗਨ ਕਾ ਪੰਥ ਬਹੁ ਥਿਓ, ਨਿਹੰਗਾਂ ਸਿੰਘਾਂ ਦਾ ਪੰਥ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਸਾਜ ਦਿੱਤਾ। ਉਹ ਪਿੰਡਾਂ 'ਚ ਜਾ ਕੇ ਅੰਮ੍ਰਿਤ ਛਕਾਉਂਦੇ ਅਤੇ ਨੌਜਵਾਨਾਂ ਨੂੰ ਤਿਆਰ ਕਰਦੇ। ਹੱਥ ਸੋਟਾ ਗਲ ਖੰਡੇ ਪਇਓ, ਹੱਥ ਵਿੱਚ ਸੋਟੇ ਫੜ ਲਏ, ਗਾਤਰੇ ਖੰਡੇ ਤਲਵਾਰਾਂ ਤੇ ਸਿਰ ਤੇ ਚੱਕਰ ਪਾ ਲਏ। ਕਈ ਫਿਰੈ ਕਈ ਰਹੇ ਗੁਰਦੁਆਰੇ, ਕਈ ਨਿਹੰਗ ਸਿੰਘ ਘੋੜਿਆਂ ਤੇ ਚੜ੍ਹ ਕੇ ਪਿੰਡਾਂ 'ਚ ਫਿਰਦੇ ਚੱਕਰਵਰਤੀ ਪਮਰ ਸੰਚਾਰ ਕਰਨ ਵਾਸਤੇ, ਤੇ ਕਈ ਗੁਰਦੁਆਰਿਆਂ 'ਚ ਰਹਿੰਦੇ ਆ। ਕਿਨ ਧਰਮਸਾਲਾ ਕਿਨ ਬੁੰਗੇ ਉਸਾਰੇ, ਕਈਆਂ ਨੇ ਆਪਣੇ ਪਿੰਡਾਂ 'ਚ ਧਰਮਸਾਲਾ ਪਾ ਲਈਆਂ ਤੇ ਬੁੰਗੇ ਉਸਾਰ ਲਏ ਵੀ ਤਾਂ ਕਿ ਉੱਥੇ 10-20 ਸਿੰਘ ਰਹਿ ਸਕਣ। ਭੁਚੰਗੀਆਂ ਨਿਉਤੇ ਭੁਚੰਗੀ ਖੁਲਾਹੇ, ਉਹਨਾਂ ਨਿਹੰਗ ਸਿੰਘਾਂ ਭੁਚੰਗੀਆਂ ਦੀ ਮਰਜ਼ਾਦਾ ਸੀ ਵੀ ਰੋਟੀ ਉਹਨਾਂ ਨੂੰ ਸਿੰਘ ਹੀ ਖਵਾਉਂਦੇ ਸੀ ਨਿਉਂਦਾ, ਵੀ ਆਓ ਭਾਈ ਅੱਜ ਮੇਰੇ ਪਿੰਡ ਆ ਕੇ ਲੰਗਰ ਛਕਿਆ ਜੀ। ਉਹ 10-20 ਸਿੰਘ ਉੱਥੇ ਚਲੇ ਜਾਣੇ, ਉਹਨੇ ਲੰਗਰ ਛਕਾ ਦੇਣਾ, ਦੂਜੇ ਪਿੰਡ ਵਾਲਿਆਂ ਨੇ ਫਿਰ ਸੱਦਾ ਦੇਣਾ। ਇੱਦਾਂ ਸਿੰਘਾਂ ਨੂੰ ਸਿੰਘ ਹੀ ਰੋਟੀ ਖਵਾਉਂਦੇ, ਨਿਉਂਦੇ ਦਿੰਦੇ, ਜਿਵੇਂ ਆਪਾਂ ਅੱਜ ਕੱਲ੍ਹ ਪਾਰਟੀਆਂ ਕਰਦੇ ਨਾ ਆਪਸ ਦੋਸਤਾਂ ਮਿੱਤਰਾਂ ਨੂੰ,
ਤਾਂ ਸਿੰਘਾਂ ਨੂੰ ਸਿੰਘ ਹੀ ਪ੍ਰਸ਼ਾਦਾ ਛਕਾਉਂਦੇ ਹੈ। ਔਰਨ ਸੋ ਨਹਿ ਮੇਲ ਮਿਲਾਹੇ, ਔਰਾਂ ਨਾਲ ਨਹੀਂ ਮੇਲ ਰੱਖਦੇ ਕੱਚਿਆਂ ਪਿੱਲਿਆਂ ਨਾਲ। ਬਾਕੀ ਤੂੰ ਕਹਿੰਦੇ ਇਹਦੇ 84 ਵਾਲੇ ਆ, ਇਹਨਾਂ ਤੋਂ ਆਪਾਂ ਕੀ ਲੈਣਾ। ਕਹਿਤ 84 ਤਤ ਖਾਲਸਾ ਗੁਰ ਕਾ ਜਾਹਰ, ਕਹਿਤ 84 ਤੇ ਹੈ ਬਾਹਰ। ਹਾਂਜੀ, ਜੋ ਕਿਸੇ ਭੁਚੰਗੀ ਹੋਏ ਲੋੜ ਜ਼ਰੂਰ, ਜੇ ਕਿਸੇ ਸਿੰਘ ਨੂੰ ਕਿਸੇ ਚੀਜ਼ ਦੀ ਲੋੜ ਪੈ ਗਈ, ਕੋਈ ਮਾਇਆ ਦੀ ਲੋੜ ਪੈ ਗਈ, ਬਸਤਰ ਦੀ ਲੋੜ ਪੈ ਗਈ, ਕਸ਼ਹਿਰਿਆਂ ਦੀ ਲੋੜ ਪੈ ਗਈ, ਦੇਖ ਸਿੰਘਣ ਘਰ ਸੋ ਲਏ ਘੂਰ, ਉਹ ਸਿੰਘਾਂ ਦੇ ਘਰੋਂ ਆਪੇ ਹੀ ਚੁੱਕ ਲੈਂਦਾ ਸੀਗਾ। ਇਹ ਪੁੱਛਣ ਦੀ ਲੋੜ ਕੋਈ ਨੀ, ਕਹਿੰਦੇ ਅਕਾਲ ਪੁਰਖ ਦਾ ਹੀ। ਇਹ ਬੇਪਰਵਾਹ ਫੌਜ ਸੀਗੀ, ਪਰਵਾਹ ਨੀ ਕਰਨੀ ਕਿਸੇ ਦੀ, ਘੂਰ ਕੇ ਵੀ ਚੁੱਕ ਲੈਣਾ। ਲਿਆ ਉਹਰਾ, ਇਹ ਤੂੰ ਵੀ ਕਰਨਾ, ਤੇਰੇ ਕੋਲ ਦੋ ਨੇ, ਮੈਂ ਇੱਕੋ ਕਸ਼ਹਿਰਾ, ਤੇ ਉਹ ਵੀ ਜੇ ਨਿਚੋੜ ਕੇ ਪਾ ਕੇ, ਤੇ ਉੱਦਾਂ ਹੀ ਸਿੰਘਾਂ ਨੇ ਮਸਤਾਨੇ ਸਮੇਂ ਕੱਟੇ। ਖਾਲਸਾ ਜੀ, ਬੜਾ ਔਖਾ ਸਮਾਂ ਸੀਗਾ ਉਹ ਸਮੇਂ, ਕਹਿੰਦੇ ਆ ਵੀ ਇਹੋ ਜਿਹੇ ਸਮੇਂ ਸੀਗੇ ਵੀ ਕਦੀ ਪ੍ਰਸ਼ਾਦਾ ਛਕਣ ਨੂੰ ਮਿਲਦਾ, ਕਦੀ ਨਹੀਂ ਮਿਲਦਾ। ਜੇ ਲੋੜ ਪੈ ਗਈ ਤਾਂ ਸਿੰਘਾਂ ਦੇ ਘਰੋਂ ਹੀ ਘੂਰ ਕੱਪ ਕੇ ਚੁੱਕ ਲੈਂਦੇ ਸੀਗੇ। ਇਤਨੀ ਕੋ ਬਸਤ ਸੋ ਲਏ ਉਠਾਏ, ਪਰ ਲਾਲਚ ਨਹੀਂ ਸੀ ਕਰਦੇ, ਚੀਜ਼ ਉਨੀ ਚੁੱਕਦੇ ਸੀਗੇ ਜਿੰਨੀ ਲੋੜ ਹੁੰਦੀ ਸੀ। ਇਹ ਨਹੀਂ ਵੀ ਲਾਲਚ ਕਰਕੇ ਸਾਰਾ ਕੁਝ ਚੁੱਕ ਕੇ ਆਪਣੇ ਘਰ ਲੈ ਜਾਣਾ, ਚੁੱਕਣੀ ਦਬਕੇ ਨਾਲ ਹੀ ਹੈ। ਉਹ ਕਹਿੰਦੇ ਇੱਕ ਨਿਹੰਗ ਸਿੰਘ ਸਵੇਰ ਦਾ ਬਾਣੀ ਪੜ੍ਹੀ ਜਾਵੇ, ਜਿਉਂ ਲੱਗਾ ਨਿਤਨੇਮ ਕਰਨ ਸੁਖੁਣੀ ਸਾਹਿਬ ਜਾਪ ਸਾਹਿਬ, ਸਾਰੀਆਂ ਬਾਣੀਆਂ ਪੜ੍ਹਤੀਆਂ ਉਹਨੇ। ਅਤੇ ਇੱਕ ਨਾ ਫਕੀਰ ਵਿਚਾਰਾ ਮੁਸਲਮਾਨ, ਉਹਦੇ ਮਨ 'ਚ ਬੜੀ ਦਇਆ ਆਈ ਵੀ ਬਾਬਾ ਸਵੇਰ ਦਾ ਹੀ ਨਮਾਜ਼ ਪੜ੍ਹੀ ਜਾਂਦਾ, ਇਹਨੂੰ ਕੁਝ ਦਈਏ। ਉਹ ਆ ਕੇ ਨਾ ਬਾਬੇ ਨੂੰ ਕਹਿੰਦਾ, ਲਓ ਜੀ ਬਾਬਾ ਜੀ ਆ ਰੁਪਈਆ। ਉਹਨੇ ਇੱਦਾਂ ਰੁਪਈਆ ਕੀਤਾ, ਅਤੇ ਨਿਹੰਗ ਸਿੰਘ ਨੇ ਥੱਲਿਓਂ ਮਾਰਿਆ ਡੰਡਾ ਇੰਜ ਕਰਕੇ, ਉਹਦਾ ਹੱਥ ਵਿਚਾਰੇ ਦਾ ਭੰਨ ਕੇ, ਅਤੇ ਰੁਪਈਆ ਉਹਦਾ ਨੂੰ ਗਿਆ, ਅਤੇ ਉਹ ਚੁੱਕ ਕੇ ਰੁਪਈਆ ਝੱਪ। ਕਹਿੰਦਾ ਖਾਲਸਾ ਮੰਗਦਾ ਨਹੀਂ ਹੁੰਦਾ, ਖਾਲਸਾ ਲੁੱਟਦਾ ਹੁੰਦਾ। ਇਹ ਸਿੰਘਾਂ ਦੀ ਮਰਜ਼ਾਦਾ ਹੈ, ਇਹ ਮੰਗ ਕੇ ਨਹੀਂ ਲੈਂਦੇ, ਖੋਹ ਕੇ ਲੈਂਦੇ ਹੈ। ਸੋ ਉਹ ਗੱਲ ਇੱਥੇ ਲਿਖੀ ਜਾ ਰਹੀ ਹੈ ਵੀ ਉਹ ਸਿੰਘ ਇਹੋ ਜਿਹੇ ਸੀਗੇ ਬੇਪਰਵਾਹ, ਵੀ ਲਾਲਚ ਤਾਂ ਕਰਦੇ ਨਹੀਂ ਸੀਗੇ, ਵੀ ਜ਼ਿਆਦਾ ਘਰ ਭਰਨ ਵਾਲੀ ਕੋਈ ਗੱਲ ਨਹੀਂ ਸੀ। ਕਸ਼ਹਿਰੇ ਦੀ ਲੋੜ ਹੁੰਦੀ ਸੀ, ਦਸਤਾਰ ਦੀ ਲੋੜ ਹੁੰਦੀ ਸੀ, ਅਤੇ ਸ਼ਸਤਰਾਂ ਦੀ ਲੋੜ ਹੁੰਦੀ ਸੀ। ਉਹ ਸਿੰਘਾਂ ਦੇ ਘਰੋਂ ਹੀ ਚੁੱਕ ਚੱਕ ਲੈਂਦੇ ਸੀਗੇ। ਘਿਓ ਆਟਾ ਲੂਣ ਜੋ ਲਏ ਖਾਏ, ਉਹਨਾਂ ਨੂੰ ਚੁੱਕਦੇ ਸੀ ਘਿਓ ਆਟਾ ਲੂਣ ਜਿੰਨਾ ਲੰਗਰ ਲਈ ਲੋੜ ਹੋਵੇ। ਇਹ ਨਹੀਂ ਵੀ ਘਰ ਭਰਨ ਵਾਲੀ ਕੋਈ ਗੱਲ ਨਹੀਂ ਸੀ, ਕੱਲ੍ਹ ਨੂੰ ਪਰਮੇਸ਼ੁਰ ਦੇ ਦੇਗਾ, ਕਿਤੋਂ ਹੋਰ ਲੁੱਟਮਾਰ ਕਰ ਲਾਂਗੇ। ਅੱਜ ਜਿੰਨਾ ਮਿਲਿਆ ਚੁੱਕ ਕੇ ਖਾ ਲੈਂਦੇ ਸੀਗੇ।